हेलो स्टूडेंट्स, वेलकम टू ऑनलाइन क्लास। मैं सुखवंत सिंह, आप कर रहे हैं नौवीं क्लास पंजाबी दी बुक, जिदे विच आपां एक भाग कर लिया। दूजे भाग दे विच लोक कहानियां दे विच नीति कथावां दे विच अपना जिहड़ा चौथी नीति कथा है राजे दा कसूर। राजे दा कसूर एक कहानी है, एक नीति कथा है। पहला आपां इहदा सार करदे हां। जिवें अपना पहला प्रश्न की हुंदा है, जिहड़ी राजे दा कसूर, नीति कथा दा सार लिखो। पहला प्रश्न ही अपना ही बनता है, नीति कथा दा सार लिखो। ਤਾਂ ਇਹ ਹੈ ਜੀ ਆਪਣਾ ਮੰਨ ਲਓ ਪਹਿਲਾ ਪ੍ਰਸ਼ਨ। ਪਹਿਲਾਂ ਆਪਾਂ ਸਾਰ ਦੀ ਗੱਲ ਕਰਦੇ ਹਾਂ, ਇਸ ਕਹਾਣੀ 'ਤੇ ਚਰਚਾ ਕਰਦੇ ਹਾਂ। ਰਾਜੇ ਦਾ ਕਸੂਰ ਬਹੁਤ ਪੁਰਾਣੀ ਗੱਲ ਹੈ, ਬੜੇ ਪੁਰਾਣੇ ਚਿਰ ਦੀ ਗੱਲ ਹੈ। ਇੱਕ ਵਾਰ ਇੱਕ ਰਾਜਾ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਕੇ, ਆਪਣੇ ਫਰਜ਼ ਭੁੱਲ ਕੇ, ਐਸ਼ ਪ੍ਰਸਤੀ ਦੇ ਜੀਵਨ ਦੇ ਵਿੱਚੋਂ ਆਪਣੇ ਰੁੱਝ ਜਾਂਦਾ ਹੈ, ਐਸ਼ ਪ੍ਰਸਤੀ ਜੀਵਨ ਦੇ ਵਿੱਚੋਂ ਪੈ ਜਾਂਦਾ ਹੈ। ਜਦੋਂ ਐਸ਼ ਪ੍ਰਸਤੀ ਦੇ ਜੀਵਨ ਵਿੱਚ ਪੈ ਜਾਂਦਾ ਹੈ ਤਾਂ ਉਹਦੇ ਜਿਹੜੇ ਦਰਬਾਰ ਦੇ ਵਜ਼ੀਰ ਅਤੇ ਹੋਰ ਜੋ ਉਹਦੇ ਦਰਬਾਰ ਦੇ ਜਿਹੜੇ ਹੁੰਦੇ ਆ ਕੰਮ ਕਰਨ ਵਾਲੇ ਨੌਕਰ ਜਾਂ ਦਰਬਾਰੀ ਜਾਂ ਰਾਜੇ ਦੇ ਹੋਰ ਵਜ਼ੀਰ ਅਤੇ ਹੋਰ ਦਰਬਾਰੀ, ਉਹ ਸਾਰੇ ਆਪਣੇ ਕੰਮ ਫਰਜ਼ ਭੁੱਲ ਛੱਡ ਦਿੰਦੇ ਆ, ਆਪਣੇ ਜ਼ਿੰਮੇਵਾਰੀਆਂ ਕੰਮ ਦੀਆਂ ਛੱਡ ਦਿੰਦੇ ਆ, ਸਭ ਐਸ਼ ਪ੍ਰਸਤੀ 'ਤੇ ਹੋ ਜਾਂਦੇ ਆ। ਕਿਉਂ ਹੋ ਜਾਂਦੇ ਆ? ਕਿਉਂਕਿ ਰਾਜਾ ਹੈ, ਉਹ ਐਸ਼ ਪ੍ਰਸਤੀ 'ਤੇ ਹੋਣ ਕਾਰਨ ਆਪਣਾ ਰਾਜ ਭਾਗ ਦੇ ਵੱਲ ਧਿਆਨ ਨਹੀਂ ਦਿੰਦਾ। ਉਹਦੇ ਰਾਜ ਭਾਗ ਦਾ, ਉਹਦੇ ਰਾਜ ਦਾ, ਸਾਰੇ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਅਮੀਰ ਗਰੀਬ ਦਾ ਜਿਹੜਾ ਰਾਹ ਵੱਢਣ ਨੂੰ, ਮਤਲਬ ਰਾਹ ਵੱਢਦੇ ਹੈ, ਉਹਨੂੰ ਗਰੀਬ ਨੂੰ ਮਾਰ ਕਰਦੇ ਹੈ, ਗਰੀਬ ਨੂੰ ਲੁੱਟਦੇ ਹੈ। ਚੋਰਾਂ ਨੂੰ ਚੋਰੀ ਕਰਨ ਲਈ ਖੁੱਲ੍ਹ ਮਿਲ ਗਈ, ਗਰੀਬ ਬੰਦਾ ਘਰੋਂ ਬਾਹਰ ਨਹੀਂ ਸੀ ਨਿਕਲ ਸਕਦਾ। ਇਹੋ ਜਿਹੇ ਹਾਲਾਤ ਪੈਦਾ ਹੋ ਗਏ ਸਨ। ਉਸ ਰਾਜੇ ਦਾ ਜਿਹੜਾ ਰਾਜ ਭਾਗ ਸੀ ਸਾਰਾ ਹੀ ਖਰਾਬ ਹੋ ਚੁੱਕਿਆ ਸੀ, ਤਹਿਸ ਨਹਿਸ ਹੋ ਚੁੱਕਿਆ ਸੀ ਅਰਥ ਵਿਵਸਥਾ ਦੀ। ਲੋਕਾਂ ਦਾ ਬਹੁਤ ਬੁਰਾ ਹਾਲ, ਜਿਹੜੇ ਅਮੀਰ ਸੀ ਗਰੀਬਾਂ 'ਤੇ ਅੱਤਿਆਚਾਰ ਕਰਦੇ ਸਨ, ਅਤੇ ਇਸ ਤਰ੍ਹਾਂ ਦਾ ਬਹੁਤ ਤਰ੍ਹਾਂ ਸਮੱਸਿਆਵਾਂ ਹੋ ਗਈਆਂ ਸਨ ਗਰੀਬਾਂ ਲਈ। ਇੱਕ ਵਾਰ ਇੱਕ ਦਿਨ ਰਾਜੇ ਨੂੰ ਰਾਤ ਨੂੰ ਸੁਪਨਾ ਆਇਆ, ਸੁੱਤੇ ਪਏ ਨੂੰ। ਸੁਪਨੇ ਵਿੱਚ ਉਹਨੂੰ ਕੋਈ ਦੇਵਤਾ ਆਇਆ ਅਤੇ ਦੇਵਤਾ ਨੇ ਉਸਨੂੰ ਕਿਹਾ ਕਿ ਤੂੰ ਰਾਜਾ ਹੈ, ਤੂੰ ਆਪਣੇ ਫਰਜ਼ ਭੁਲਾ ਕੇ ਐਸ਼ ਪ੍ਰਸਤੀ ਦੇ ਜੀਵਨ 'ਚ ਪੈ ਗਿਆ ਹੈ। ਤੇਰੇ ਰਾਜ ਦੀ ਪ੍ਰਜਾ ਕਿੰਨੀ ਦੁਖੀ ਹੈ, ਤੇਰੇ ਰਾਜ ਵਿੱਚ ਕਿੰਨੀ ਹਾਹਾਕਾਰ ਮਚੀ ਹੋਈ ਹੈ, ਤੈਨੂੰ ਉਹਦਾ ਕੋਈ ਫਿਕਰ ਨਹੀਂ, ਇਸ ਕਰਕੇ ਤੈਨੂੰ ਨਰਕ ਮਿਲੂਗਾ। ਜਿਹੜੇ ਤੂੰ ਹੁਣ ਕੰਮ ਕਰ ਰਿਹਾ, ਇਹਨਾਂ ਕੰਮਾਂ ਕਰਕੇ ਤੈਨੂੰ ਨਰਕ ਮਿਲੂਗਾ। ਜੋ ਤੇਰਾ ਕੰਮ ਸੀ, ਜੋ ਤੇਰਾ ਫਰਜ਼ ਸੀ, ਉਹ ਤੂੰ ਪੂਰਾ ਨਹੀਂ ਕੀਤਾ। ਤਾਂ ਜਦੋਂ ਰਾਜੇ ਨੂੰ ਇਹ ਸੁਪਨਾ ਆਇਆ ਅਤੇ ਸੁਪਨੇ ਬਾਅਦ ਰਾਜੇ ਨੂੰ ਬਹੁਤ ਜ਼ਿਆਦਾ ਫਿਕਰ ਹੋ ਗਿਆ, ਚਿੰਤਾ ਹੋਈ ਵੀ ਇਹ ਕੀ ਗੱਲ ਬਣੀ, ਮੈਨੂੰ ਐਂ ਸੁਪਨਾ ਕਿਉਂ ਆਇਆ। ਤਾਂ ਅਗਲੇ ਹੀ ਦਿਨ ਰਾਜੇ ਨੇ ਇੱਕ ਵਿਉਂਤ ਬਣਾਈ ਆਪਣੇ ਵਜ਼ੀਰ ਦੇ ਨਾਲ। ਰਾਜਾ ਆਪਣੇ ਵਜ਼ੀਰ ਨੂੰ ਕਹਿੰਦਾ ਹੈ ਕਿ ਆਪਾਂ ਭੇਸ ਬਦਲ ਕੇ, ਕਿਸ ਤਰ੍ਹਾਂ ਭੇਸ ਬਦਲ ਕੇ ਆਪਾਂ ਆਪਣੇ ਰਾਜ ਵਿੱਚ ਜਾਵਾਂਗੇ ਅਤੇ ਪਤਾ ਕਰਾਂਗੇ ਆਪਣਾ ਰਾਜ ਕਿਸ ਤਰ੍ਹਾਂ ਚੱਲ ਰਿਹਾ ਹੈ, ਕਿਸ ਤਰ੍ਹਾਂ ਚੱਲੀ ਜਾ ਰਿਹਾ ਹੈ। ਅਤੇ ਜਦੋਂ ਭੇਸ ਬਦਲ ਕੇ ਜਾ ਰਹੇ ਆ ਤਾਂ ਇੱਕ ਖੇਤ ਦੇ ਵਿੱਚ ਇੱਕ ਕਿਸਾਨ ਹੈ, ਉਹ ਖੇਤ ਜੋਤ ਰਿਹਾ ਹੁੰਦਾ ਹੈ, ਖੇਤ ਵਾਹੀ ਜਾਂਦਾ ਹੈ ਬਲਦਾਂ ਦੇ ਨਾਲ, ਖੇਤ ਜੋਤ ਰਿਹਾ ਹੈ। ਇੱਕ ਕਿਸਾਨ ਹੈ, ਉਹ ਖੇਤ ਜੋਤ ਰਿਹਾ ਸੀ ਅਤੇ ਜਦੋਂ ਜੋਤਦਾ ਹੈ ਤਾਂ ਉਹਦਾ ਬਲਦ ਡਿੱਗ ਪੈਂਦਾ ਹੈ। ਜਦੋਂ ਖੇਤ ਜੋਤਦਾ ਹੈ, ਜਦੋਂ ਪੁਰਾਣੇ ਸਮੇਂ ਦੇ ਵਿੱਚ ਖੇਤੀ ਹੈ ਪਸ਼ੂਆਂ ਨਾਲ ਕੀਤੀ ਜਾਂਦੀ ਸੀ, ਹਲ ਪਸ਼ੂਆਂ ਦੁਆਰਾ ਖਿੱਚੇ ਜਾਂਦੇ ਸੀ, ਤਾਂ ਉਹਦਾ ਜਿਹੜਾ ਬਲਦ ਆ ਉਹ ਡਿੱਗ ਪੈਂਦਾ ਹੈ। ਜਦੋਂ ਉਹਦਾ ਬਲਦ ਡਿੱਗ ਪੈਂਦਾ ਹੈ ਤਾਂ ਉਦੋਂ ਉੱਥੇ ਰਾਜਾ ਅਤੇ ਵਜ਼ੀਰ ਉੱਥੇ ਕੋਲ ਦੀ ਲੰਘ ਰਹੇ ਹੁੰਦੇ, ਤਾਂ ਉਹ ਰਾਜੇ ਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ, ਉਹਨੂੰ ਮੰਦਾ ਬੋਲਦਾ ਹੈ। ਤਾਂ ਉਹ ਸੁਣ ਕੇ ਰਾਜੇ ਨੂੰ ਹੈਰਾਨੀ ਹੁੰਦੀ ਹੈ ਵੀ ਕੀ ਗੱਲ ਹੈ। ਤਾਂ ਰਾਜਾ ਆਪਣੇ ਵਜ਼ੀਰ ਨੂੰ ਇਸ਼ਾਰਾ ਕਰਦਾ ਵੀ ਤੂੰ ਉਹਨੂੰ ਪੁੱਛ ਕੇ ਆ, ਉਸ ਕਿਸਾਨ ਨੂੰ ਪੁੱਛ ਕੇ ਆ ਵੀ ਕੀ ਗੱਲ ਹੈ, ਕਿਸ ਗੱਲ ਤੋਂ ਉਹ ਰਾਜੇ ਨੂੰ ਗਾਲਾਂ ਕੱਢਦਾ ਹੈ। ਤਾਂ ਵਜ਼ੀਰ ਉਸ ਕਿਸਾਨ ਕੋਲ ਜਾਂਦਾ, ਉਹ ਕਹਿੰਦਾ ਹੈ
ਭਾਈ ਭਲੇ ਮਾਨਸਾ, ਬਲਦ ਤੇਰਾ ਡਿੱਗਿਆ, ਤੂੰ ਰਾਜੇ ਨੂੰ ਕੋ ਗਾਲਾਂ ਕੱਢਦਾ, ਰਾਜੇ ਦਾ ਕੀ ਕਸੂਰ ਹੈ, ਤੂੰ ਉਹਨੂੰ ਕਾਸ ਵਾਸਤੇ ਕਹੀ ਜਾਂਦਾ। ਉਹ ਕਹਿੰਦਾ ਵੀ ਜੇ ਰਾਜੇ ਦਾ ਕਸੂਰ ਨਹੀਂ ਤਾਂ ਹੋਰ ਕਿਹਦਾ ਕਸੂਰ ਹੈ। ਕਹਿੰਦਾ ਕਿਵੇਂ ਕਿ ਹੁਣ ਮੇਰਾ ਜਿਹੜਾ ਧਿਆਨ ਹੈ, ਮੇਰਾ ਜਿਹੜਾ ਖੇਤੀ ਦੇ ਕੰਮ ਦੇ ਵਿੱਚ ਧਿਆਨ ਦੇ ਤਾ, ਮੇਰਾ ਘਰ ਦੇ ਕੰਮਾਂ 'ਚ ਧਿਆਨ ਹੈ, ਮੇਰਾ ਘਰ ਵੱਲ ਧਿਆਨ ਹੈ, ਕਾਸ ਵਾਸਤੇ ਘਰ ਵੱਲ ਧਿਆਨ ਹੈ। ਉਹ ਕਹਿੰਦਾ ਵੀ ਇਹੋ ਜਿਹੇ ਰਾਜੇ ਨਾਲ ਤਾਂ ਇਹੋ ਜਿਹਾ ਰਾਜਾ ਤਾਂ ਹੋਣਾ ਹੀ ਨਹੀਂ ਚਾਹੀਦਾ, ਕਿਉਂ ਉਹਦੇ ਕੋਲ ਕਹਿੰਦਾ ਧਿਆਨ ਹੀ ਹੈ ਨਹੀਂ, ਉਹਦੇ ਰਾਜੇ ਦਾ ਫਾਇਦਾ ਕੀ। ਕਹਿੰਦਾ ਉਹਦੇ ਰਾਜ ਦੇ ਵਿੱਚ ਕਹਿੰਦਾ ਦਿਨ ਦਿਹਾੜੇ ਚੋਰੀ ਹੋ ਜਾਂਦੀ ਹੈ ਮੇਰੇ ਘਰ, ਮੈਨੂੰ ਐਂ ਫਿਕਰ ਰਹਿੰਦਾ ਵੀ ਚੋਰੀ ਨਾ ਹੋ ਜੇ, ਮੇਰੇ ਘਰ ਮੇਰੀ ਧੀ ਜਵਾਨ ਬੈਠੀ, ਮੈਨੂੰ ਉਹਦਾ ਫਿਕਰ ਹੈ। ਕਈ ਦਿਨ ਪਹਿਲਾਂ ਮੇਰੀ ਧੀ ਮੈਨੂੰ ਰੁੱਖੇ 'ਤੇ ਰੋਟੀ ਦੇਣ ਆਈ, ਤੁਹਾਨੂੰ ਰਾਹ 'ਚ ਮੁੰਡੇ ਮਸਟੰਡੇ ਘੇਰ ਕੇ ਖੜ ਗਏ। ਤਾਂ ਕਹਿੰਦਾ ਇਹੋ ਜਿਹੇ ਰਾਜ ਦਾ ਕੀ ਫਾਇਦਾ, ਇਹੋ ਜਿਹੇ ਰਾਜੇ ਦਾ ਕੀ ਫਾਇਦਾ ਜਿਹਦੇ ਰਾਜ ਦੇ ਵਿੱਚ ਕੋਈ ਬੰਦਾ ਕਿਸੇ ਚੱਜ ਨਾਲ ਕੰਮ ਨਹੀਂ ਕਰ ਸਕਦਾ, ਜਿਹੜੇ ਕੰਮ ਕਰ ਰਿਹਾ ਉਹ 'ਤੇ ਮੈਂ ਧਿਆਨ ਨਹੀਂ ਲਾ ਸਕਦਾ, ਇਹੋ ਜਿਹੇ ਰਾਜ ਭਾਗ ਦਾ ਉਹਨੂੰ ਕੀ ਫਾਇਦਾ, ਇਹੋ ਜਿਹੇ ਰਾਜੇ ਦਾ ਕੋਈ ਫਾਇਦਾ ਨਹੀਂ। ਤਾਂ ਕਰਕੇ ਮੈਂ ਉਹਨੂੰ ਗਾਲਾਂ ਕੱਢਦਾ ਵੀ ਮੈਨੂੰ ਦੱਸੋ। ਇਹ ਗੱਲਾਂ ਸੁਣ ਕੇ ਰਾਜਾ ਅਤੇ ਵਜ਼ੀਰ ਨੂੰ ਸ਼ਰਮ ਆਈ, ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਵੀ ਉਹਨਾਂ ਦੇ ਰਾਜ ਵਿੱਚ ਐਡਾ ਬੁਰਾ ਹਾਲ ਹੈ। ਫਿਰ ਉਹ ਥੋੜ੍ਹਾ ਜਿਹਾ ਅੱਗੇ ਹੋਰ ਜਾਂਦੇ ਹੈ ਤਾਂ ਇੱਕ ਬੁੱਢੀ ਮਾਈ ਦਰਖਤ 'ਤੇ ਚੜ੍ਹ ਕੇ ਫਲ ਤੋੜ ਰਹੀ ਹੈ, ਆਪਦਾ ਢਿੱਡ ਭਰਨ ਵਾਸਤੇ ਫਲ ਤੋੜੀ ਜਾਂਦੀ ਹੈ। ਉਹ ਜੋ ਫਲ ਤੋੜਦੀ ਹੈ ਤਾਂ ਤੋੜਦੀ ਉਹ ਥੱਲੇ ਡਿੱਗ ਪੈਂਦੀ ਹੈ, ਜੋ ਡਿੱਗ ਪੈਂਦੀ ਹੈ ਤਾਂ ਉਹ ਵੀ ਰਾਜਾ ਨੂੰ ਗਾਲਾਂ ਕੱਢਣ ਲੱਗ ਜਾਂਦੀ ਹੈ, ਮਰ ਜੇ ਇਹੋ ਜਿਹੇ ਬੁਰਾ ਭਲਾ ਕਹਿੰਦੀ ਹੈ ਰਾਜੇ ਨੂੰ। ਰਾਜਾ ਫਿਰ ਵਜ਼ੀਰ ਨੂੰ ਇਸ਼ਾਰਾ ਕਰਕੇ ਕਹਿੰਦਾ ਹੈ, ਤਾਂ ਵਜ਼ੀਰ ਰਾਜੇ ਦਾ ਹੁਕਮ ਮੰਨਦਾ ਹੋਇਆ ਫਿਰ ਉਹ ਬੁੱਢੀ ਮਾਈ ਕੋਲ ਜਾਂਦਾ, ਮਾਈ ਕੀ ਗੱਲ ਡਿੱਗੀ ਤੂੰ ਆਪੇ, ਦੋਸ਼ ਤੂੰ ਰਾਜੇ ਦਾ ਲਾਈ ਜਾਂਦੀ ਹੈ, ਮਾੜਾ ਤੂੰ ਰਾਜੇ ਨੂੰ ਆਖੀ ਜਾਂਦੀ ਹੈ, ਇਹਦੇ ਵਿੱਚ ਰਾਜੇ ਦਾ ਕੀ ਕਸੂਰ ਹੈ। ਤਾਂ ਬੁੱਢੀ ਮਾਈ ਕਹਿੰਦੀ, ਰਾਜੇ ਨਾਲ ਗੁੱਸੇ 'ਚ ਆ ਕੇ ਕਹਿੰਦੀ, ਰਾਜੇ ਦਾ ਕਸੂਰ ਨਹੀਂ ਤਾਂ ਹੋਰ ਕਿਹਦਾ ਕਸੂਰ ਹੈ, ਐਸ ਉਮਰੇ ਹੁਣ ਮੈਂ ਕਿੱਥੋਂ ਕਿਵੇਂ ਖਾਵਾਂ, ਮੇਰੇ ਤੋਂ ਕੰਮ ਹੀ ਨਹੀਂ ਹੁੰਦਾ। ਹੁਣ ਮੈਂ ਜਦੋਂ ਪਹਿਲਾਂ ਜਿਹੜੇ ਰਾਜੇ ਹੁੰਦੇ ਸੀ ਉਹ ਬੁੱਢਿਆਂ ਵਾਸਤੇ ਬਜ਼ੁਰਗਾਂ ਵਾਸਤੇ ਉਹਨਾਂ ਨੂੰ ਖਾਣ ਪੀਣ ਨੂੰ ਵਸਤੂਆਂ ਦਿੰਦੇ ਸੀ, ਇਹ ਰਾਜਿਆਂ ਨੂੰ ਤਾਂ ਕੋਈ ਪਤਾ ਹੀ ਨਹੀਂ, ਇਹ ਤਾਂ ਆਪਦੀ ਐਸ਼ ਪ੍ਰਸਤੀ ਵਿੱਚ ਮਸਤ ਹੈ, ਇਹਦਾ ਜਿਹੜਾ ਰਾਜ ਭਾਗ ਹੈ ਤਾਂ ਕੋਈ ਇਹਦਾ ਹੈ ਨਹੀਂ ਕੰਮ ਧੰਦਾ, ਇਹਨੂੰ ਕੋਈ ਫਿਕਰ ਨਹੀਂ ਆਪਦੀ ਪਰਜਾ ਦੀ, ਹੁਣ ਅਸੀਂ ਆਪਦਾ ਢਿੱਡ ਭਰਨ ਖਾਤਰ ਕੁਛ ਨਾ ਕੁਛ ਤਾਂ ਕਰੀਏ, ਹੋਰ ਕਿਹਨੂੰ ਗਾਲਾਂ ਕੱਢਣਾ ਮੈਂ। ਇਸੇ ਕਰਕੇ ਜੇ ਰਾਜਾ ਚੱਜਦਾ ਹੋਵੇ ਤਾਂ ਸਾਨੂੰ ਇੱਥੇ ਡਿੱਗਣਾ ਪਵੇ, ਸਾਨੂੰ ਘਰ ਬੈਠਿਆਂ ਨੂੰ ਮਿਲਦਾ ਸਾਰਾ ਕੁਛ, ਪਰ ਰਾਜਾ ਹੀ ਸਾਡਾ ਚੱਜਦਾ ਹੈ ਨਹੀਂ ਤਾਂ ਅਸੀਂ ਇਹੋ ਜਿਹੇ ਰਾਜੇ ਤੋਂ ਕੀ ਕਰਾਉਣਾ। ਤਾਂ ਇਹ ਗੱਲ ਕਹਿੰਦੀ ਹੋਈ ਬੁੱਢੀ ਹੁਣ ਦੱਸਦੀ ਹੈ, ਇਹ ਗੱਲਾਂ ਸੁਣ ਕੇ ਰਾਜੇ ਅਤੇ ਵਜ਼ੀਰ ਨੂੰ ਸ਼ਰਮ ਆ ਜਾਂਦੀ ਹੈ, ਦੋਵੇਂ ਸ਼ਰਮ ਆ ਜਾਂਦੀ ਹੈ, ਸ਼ਰਮਸਾਰ ਹੋ ਕੇ ਉੱਥੋਂ ਤੁਰ ਪੈਂਦੇ ਹੈ। ਅਤੇ ਵੀ ਉਹ ਕਹਿੰਦਾ ਇਹੋ ਜਿਹੇ ਰਾਜੇ ਦਾ ਕੀ ਕਾਰਨ ਹੈ, ਭਲਾ ਦੀ ਉਹ ਮਾਰੀ ਜਾਵੇ, ਬੁੱਢੀ ਕਹਿੰਦੀ ਬਹੁਤ ਇਸ ਤਰ੍ਹਾਂ ਗੱਲਾਂ ਕਹਿੰਦੀ ਤਾਂ ਉਹਨਾਂ ਦੋਨਾਂ ਨੂੰ ਕੀ ਆਉਂਦੀ ਹੈ, ਸ਼ਰਮ ਆਉਂਦੀ ਹੈ। ਫਿਰ ਉਹ ਫਿਰ ਥੋੜ੍ਹਾ ਜਿਹਾ ਹੋਰ ਅੱਗੇ ਤੁਰੇ ਜਾਂਦੇ ਅਤੇ ਇੱਕ ਬਜ਼ੁਰਗ ਬੰਦੇ ਦੇ ਪੈਰ 'ਚ ਕੰਡਾ ਵੱਜਿਆ, ਜਦੋਂ ਕੰਡਾ ਵੱਜਦਾ ਤਾਂ ਉਹ ਫਿਰ ਉਹ ਵੀ ਰਾਜੇ ਨੂੰ ਮਾੜਾ ਆਉਂਦਾ, ਬੁਰਾ ਭਲਾ ਕਹਿੰਦਾ, ਤਾਂ ਰਾਜੇ ਨੂੰ ਸੁਣ ਕੇ ਫਿਰ ਹੈਰਾਨੀ ਹੁੰਦੀ ਹੈ ਵੀ ਇਹ 'ਚ ਰਾਜੇ ਦਾ ਕੀ ਕਸੂਰ ਹੈ, ਪੈਰ 'ਚ ਕੰਡਾ ਉਹਦੇ ਵੱਜਿਆ, ਮਾੜਾ ਉਹ ਰਾਜੇ ਨੂੰ ਆਖੀ ਜਾਂਦਾ। ਰਾਜਾ ਫਿਰ ਵਜ਼ੀਰ ਨੂੰ ਕਹਿੰਦਾ ਵੀ ਤੂੰ ਉਹਨੂੰ ਪੁੱਛ ਕੇ ਆ ਕੀ ਗੱਲ ਹੋਊਗੀ। ਜਦੋਂ ਪੁੱਛਣ ਜਾਂਦਾ ਵਜ਼ੀਰ ਕਹਿੰਦਾ ਵੀ ਕੀ ਗੱਲ ਬਾਬਾ, ਵੀ ਪੈਰ ਕੰਡਾ ਤਾਂ ਤੇਰੇ ਆਪਦੇ ਪੈਰ 'ਚ ਵੱਜਿਆ, ਇਹਨੇ ਰਾਜੇ ਨੇ ਕਿਹੜਾ ਤੇਰੇ ਪੈਰ ਚੱਕ ਖਬੋਇਆ ਸੀ, ਤੂੰ ਉਹਨੂੰ ਕੋ ਗਾਲਾਂ ਕੱਢਦਾ, ਉਹਨੂੰ ਕੋ ਮਾੜਾ ਕਹਿੰਦੇ। ਉਹ ਕਹਿੰਦਾ ਵੀ ਹੋਰ ਕਿਹਨੂੰ ਆਖਾਂ, ਵੀ ਜੇ ਕਹਿੰਦਾ ਚੱਜਦਾ ਰਾਜਾ ਹੁੰਦਾ ਤਾਂ ਹੁਣ ਜਿਹੜੇ ਲੋਕ ਡਰਦੇ ਘਰੇ ਬੈਠੇ ਹੈ, ਲੋਕ ਹੁਣ ਡਰਦੇ ਬਾਹਰ ਨਹੀਂ ਨਿਕਲਦੇ, ਜਿਹੜੇ ਲੋਕ ਪਹਿਲਾਂ ਘਰੇ ਸਾਫ਼ ਸਫਾਈਆਂ ਆਪਦੇ ਰਾਜ ਭਾਗ ਸਾਫ਼ ਸਫਾਈ ਰੱਖੇ, ਉਹਦਾ ਜਿਹੜਾ ਰਾਜ ਹੈ ਉਹਦਾ ਕੋਈ ਹਾਲ ਹੈ, ਸੜਕਾਂ ਦੇ ਉੱਤੇ ਸਫਾਈ ਹੋਵੇ, ਜੇ ਸਫਾਈ ਹੁੰਦੀ ਇੱਥੇ ਝਾੜੂ ਲੱਗੀ ਹੁੰਦੀ ਤਾਂ ਮੇਰੇ ਕੰਡਾ ਵੱਜਣਾ ਸੀਗੇ। ਉਹ ਕਹਿੰਦਾ ਮੇਰੇ ਕੰਡਾ ਨਹੀਂ ਵੱਜਣਾ ਸੀ, ਤਾਂ ਜੇ ਸਾਰੇ ਕੰਮ ਕੀਤੇ ਸੀ ਰਾਜੇ ਦੇ ਸੀ, ਅਤੇ ਜੇ ਕਹਿੰਦਾ ਇਹ ਚੱਜ ਨਾ ਕਰਦਾ, ਉਹਦੀ ਪ੍ਰਜਾ ਦੇ ਵਿੱਚ ਡਰ ਨਾ ਹੁੰਦਾ, ਉਹਦੀ ਪ੍ਰਜਾ ਉਹਦਾ ਕੰਮ ਧੰਦਾ ਕਰਦੀ, ਪ੍ਰਜਾ ਆਪਣੇ ਰਾਜ ਦੀ ਸਾਫ਼ ਸਫਾਈ ਰੱਖਦੀ, ਤਾਂ ਇਹ ਕੰਡੇ ਕਿਸੇ ਦੇ ਨਹੀਂ ਵੱਜਣੇ ਸੀ। ਅਤੇ ਹੁਣ ਜੇ ਅੱਜ ਮੇਰੇ ਕੰਡਾ ਵੱਜੇ ਤਾਂ ਇਹਦਾ ਕਸੂਰ ਵੀ ਰਾਜੇ ਦਾ ਹੀ ਹੈ, ਇਹ ਵੱਜਣ ਦਾ ਕਸੂਰ ਵੀ ਕਿਹਦਾ ਹੈ, ਰਾਜੇ ਦਾ ਹੈ, ਕਿਉਂਕਿ ਰਾਜੇ ਦੀ ਗਲਤੀ ਨਾਲ ਹੀ ਮੇਰੇ ਕੰਡਾ ਵੱਜੇ। ਤਾਂ ਇਹ ਗੱਲਾਂ ਸੁਣ ਕੇ ਰਾਜਾ ਫਿਰ ਸ਼ਰਮਿੰਦਾ ਹੁੰਦਾ ਹੈ, ਤਾਂ ਉਸ ਤੋਂ ਬਾਅਦ ਫਿਰ ਉਹ ਅੱਗੇ ਤੁਰਦੇ ਆ ਅਤੇ ਇੱਕ ਟੋਭੇ ਕੋਲ ਛੱਪੜ ਕੋਲ ਦੇਖਦੇ ਆ ਕਿ ਥੋੜ੍ਹਾ ਜਿਹਾ ਉੱਚਾ ਥਾਂ ਹੁੰਦਾ, ਉੱਥੇ ਡੱਡੂ ਬੈਠਾ ਹੁੰਦਾ। ਹੁਣ ਡੱਡੂ ਬੈਠਾ ਵੀ ਰਾਜੇ ਨੂੰ ਗਾਲਾਂ ਕੱਢਦਾ, ਡਰੂ ਡਰੂ ਮਤਲਬ ਉਹਦੀ ਆਵਾਜ਼ ਦੇ ਵਿੱਚੋਂ ਡਰੇਂ ਡਰੇਂ ਕਰਦਾ, ਰਾਜੇ ਨੂੰ ਗਾਲਾਂ ਕੱਢਦਾ। ਤਾਂ ਰਾਜਾ ਫਿਰ ਵਜ਼ੀਰ ਨੂੰ ਕਹਿੰਦਾ ਵੀ ਇਹਨੂੰ ਪੁੱਛ ਕੀ ਗੱਲ ਹੈ। ਤਾਂ ਜਦੋਂ ਵਜ਼ੀਰ ਡੱਡੂ ਨੂੰ ਪੁੱਛਦਾ, ਉਹ ਕਹਿੰਦਾ ਵੀ
ਇਹੋ ਜਿਹੇ ਰਾਜੇ ਦਾ ਕੀ ਫਾਇਦਾ ਜਿਹਦੇ ਵਿੱਚ ਜਿਹੜੇ ਸਾਨੂੰ ਜਿਹੜੇ ਬਗਲੇ ਆ ਉਹ ਨੋਚ ਨੋਚ ਕੇ ਖਾਈ ਜਾਂਦੇ ਆ, ਭਾਵ ਜਿਹੜੇ ਗਰੀਬ ਲੋਕਾਂ ਨੂੰ ਅਮੀਰ ਲੋਕ ਨੋਚ ਨੋਚ ਕੇ ਖਾ ਰਹੇ ਆ, ਸ਼ੋਸ਼ਣ ਕਰਦੇ ਆ, ਉਹਨਾਂ ਦਾ ਅੱਤਿਆਚਾਰ ਕਰੀ ਜਾਂਦੇ ਆ। ਤਾਂ ਇਹੋ ਜਿਹੇ ਰਾਜੇ ਨੂੰ ਕੀ ਫਾਇਦਾ ਜਿਹਨੂੰ ਕੋਈ ਫਿਕਰ ਹੀ ਨਹੀਂ ਆਪਣੀ ਪ੍ਰਜਾ ਦੀ, ਆਪਣੇ ਰਾਜ ਦੀ, ਆਪਣੀ ਜਨਤਾ ਦੀ, ਉਸ ਰਾਜੇ ਦਾ ਕੀ ਕਰਨਾ? ਤਾਂ ਉਹ ਵੀ ਉਹਨੂੰ ਮਾੜਾ ਬੁਰਾ ਭਲਾ ਕਹਿੰਦਾ। ਇਹ ਸਾਰੀਆਂ ਗੱਲਾਂ ਸੁਣ ਕੇ ਰਾਜੇ ਨੂੰ ਬੜਾ ਪਛਤਾਵਾ ਆਉਂਦਾ ਹੈ। ਉਹ ਆਪਣੇ ਮਹਿਲ ਵਾਪਸ ਆ ਕੇ ਆਪਣੇ ਸਾਰੇ ਦਰਬਾਰੀਆਂ ਨੂੰ ਬੁਲਾਉਂਦਾ ਹੈ ਅਤੇ ਸਾਰੇ ਹੀ ਮੁੜ ਕੇ ਪਛਤਾਵਾ ਕਰਦੇ ਹੈ ਵੀ ਅੱਜ ਤੋਂ ਬਾਅਦ ਇਹੋ ਜਿਹੀ ਗਲਤੀ, ਇਹੋ ਜਿਹਾ ਜਿਹੜਾ ਹੁਣ ਹੋਇਆ ਨਹੀਂ ਹੋਏਗਾ। ਉਸ ਤੋਂ ਬਾਅਦ ਸਾਰੇ ਜਿੰਨੇ ਰਾਜ ਦਰਬਾਰੀ, ਰਾਜੇ ਦੇ ਦਰਬਾਰ ਦੇ ਜੋ ਮੰਤਰੀ ਸ਼ੰਤਰੀ, ਜੋ ਸਾਰੇ ਪਦਾਧਿਕਾਰੀ ਰਾਜਾ, ਸਭ ਆਪਣੀ ਜ਼ਿੰਮੇਦਾਰੀ ਨਾਲ ਰਾਜ ਭਾਗ ਦੇ ਵਿੱਚ ਕੰਮ ਕਰਦੇ ਹੈ ਅਤੇ ਸਾਰਾ ਰਾਜ ਭਾਗ ਪਹਿਲਾਂ ਦੀ ਤਰ੍ਹਾਂ ਬਹੁਤ ਵਧੀਆ ਚੱਲਣ ਲੱਗ ਪੈਂਦਾ ਹੈ। ਸਾਰੇ ਲੋਕ, ਜੀਵ ਜੰਤੂ, ਬਜ਼ੁਰਗ, ਸਭ ਖੁਸ਼ ਰਹਿੰਦੇ ਹੈ। ਬੱਚਾ, ਜਵਾਨ, ਬਜ਼ੁਰਗ ਸਭ ਖੁਸ਼ ਰਹਿੰਦੇ ਹੈ। ਸਭ ਰਾਜਾ ਦੀ ਖੁਸ਼ੀ, ਸਭ ਰਾਜੇ ਦਾ ਸ਼ੁਕਰਾਨਾ ਕਰਦੇ ਹੈ। ਤਾਂ ਇਹ ਸੀ ਆਪਣਾ ਰਾਜੇ ਦਾ ਕਸੂਰ ਵੀ ਉਹ ਤਿੰਨ ਚਾਰ ਬੰਦਿਆਂ ਕੋਲ ਉਹਨੇ ਗੱਲ ਹੋਈ, ਉਹਦੇ ਵਿੱਚ ਉਹਨਾਂ ਨੇ ਪੁੱਛਿਆ ਵੀ ਰਾਜੇ ਦਾ ਕੀ ਕਸੂਰ, ਤਾਂ ਉਹਨਾਂ ਨੇ ਰਾਜੇ ਦਾ ਕਸੂਰ ਇਹ ਦੱਸਿਆ। ਤਾਂ ਇਹ ਸੀ ਆਪਣਾ ਜਿਹੜਾ ਪਾਠ, ਰਾਜੇ ਦਾ ਕਸੂਰ ਦਾ ਸਾਰ। ਹੁਣ ਕਰਦੇ ਹਾਂ ਆਪਾਂ ਇਹਦੇ ਪ੍ਰਸ਼ਨ। ਜਿਵੇਂ ਆਪਣਾ ਸਾਰ ਵਾਲਾ ਪ੍ਰਸ਼ਨ ਤਾਂ ਹੋ ਗਿਆ, ਹੁਣ ਆਪਾਂ ਕਰਾਂਗੇ ਰਾਜੇ ਦੀ ਪ੍ਰਜਾ ਖੁਸ਼ ਕਿਉਂ ਨਹੀਂ ਸੀ। ਰਾਜੇ ਦੀ ਪ੍ਰਜਾ ਖੁਸ਼ ਕਿਉਂ ਨਹੀਂ ਸੀ? ਹੁਣ ਜਿਹੜੀ ਰਾਜੇ ਦੀ ਪ੍ਰਜਾ ਸੀ ਉਹ ਖੁਸ਼ ਕਿਉਂ ਨਹੀਂ ਸੀ? ਕਿਉਂਕਿ ਜਿਹੜਾ ਰਾਜਾ ਸੀ ਉਹ ਆਪਣੇ ਸਾਰੇ ਕੰਮ, ਆਪਣੇ ਸਾਰੇ ਫਰਜ਼ ਭੁੱਲ ਕੇ ਐਸ਼ ਪ੍ਰਸਤੀ ਦੀ ਜ਼ਿੰਦਗੀ ਦੇ ਵਿੱਚ ਆਪਣੇ ਮਸਤ ਹੋ ਗਿਆ ਸੀ। ਉਹਨੂੰ ਆਪਣੀ ਪ੍ਰਜਾ ਦਾ ਕੋਈ ਫਿਕਰ ਨਹੀਂ ਸੀ, ਉਹ ਸਭ ਆਪਣੇ ਜ਼ਿੰਮੇਵਾਰੀਆਂ, ਆਪਣੇ ਫਰਜ਼ ਭੁੱਲ ਚੁੱਕਿਆ ਸੀ। ਉਹ ਐਸ਼ ਪ੍ਰਸਤੀ ਦੇ ਜੀਵਨ ਦੇ ਵਿੱਚ ਖੁੱਭ ਗਿਆ ਸੀ, ਉਹਦੇ ਵਿੱਚ ਉਹ ਡੁੱਬਿਆ ਹੋਇਆ ਸੀ। ਉਹਦੀ ਪ੍ਰਜਾ ਦਾ, ਉਸ ਦੇ ਰਾਜੇ ਦੀ, ਰਾਜ ਦਾ, ਪ੍ਰਜਾ ਦਾ ਬਹੁਤ ਬੁਰਾ ਹਾਲ ਹੋ ਰਿਹਾ ਸੀ। ਜਿਹੜੇ ਅਮੀਰ ਸੀ ਉਹ ਗਰੀਬ ਤੇ ਅੱਤਿਆਚਾਰ ਕਰਦੇ, ਗਰੀਬ ਨਾਲ ਧੱਕਾ ਕਰਦੇ ਸੀ। ਜਿਹੜਾ ਗਰੀਬ ਸੀ ਉਹ ਡਰਦਾ ਘਰੋਂ ਬਾਹਰ ਨਹੀਂ ਸੀ ਨਿਕਲਦਾ। ਤਾਂ ਇਹਨਾਂ ਸਾਰੀਆਂ ਗੱਲਾਂ ਕਰਕੇ ਜੋ ਰਾਜਾ ਸੀ, ਰਾਜੇ ਦੀ ਪ੍ਰਜਾ ਸੀ, ਉਹ ਸਾਰੀ ਰਾਜੇ ਤੋਂ ਨਾ ਖੁਸ਼ ਸੀ। ਇਹਨਾਂ ਕਾਰਨਾਂ ਕਰਕੇ ਜਿਹੜੀ ਰਾਜੇ ਦੀ ਪ੍ਰਜਾ ਹੈ ਉਹ ਖੁਸ਼ ਨਹੀਂ ਸੀ। ਕਿਉਂ ਨਹੀਂ ਸੀ? ਕਿਉਂਕਿ ਰਾਜਾ ਐਸ਼ ਪ੍ਰਸਤੀ ਦੇ ਜੀਵਨ ਦੇ ਵਿੱਚ ਪੈ ਗਿਆ ਸੀ। ਸਾਰੇ ਜਿਹੜੇ ਫਰਜ਼ ਸੀ, ਹੁਣ ਉਹਦੇ ਜਿਹੜੇ ਦਰਬਾਰੀ ਸੀ, ਉਹਦੇ ਜਿਹੜਾ ਵਜ਼ੀਰ ਸੀ, ਸਭ ਆਪਣੇ ਫਰਜ਼ਾਂ ਨੂੰ, ਕੰਮਾਂ ਨੂੰ ਭੁੱਲ ਕੇ ਆਪਣੇ ਐਸ਼ ਪ੍ਰਸਤੀ ਜ਼ਿੰਦਗੀ 'ਚ ਪੈ ਗਏ। ਕਿਸੇ ਨੇ ਰਾਜ ਭਾਗ ਜਿਹੜਾ ਉਹਦੇ ਆਪਣੇ ਧਿਆਨ ਨਹੀਂ ਦਿੱਤਾ, ਉਹਦੇ ਰਾਜ ਦੀ ਸਾਰੀ ਅਰਥ ਵਿਵਸਥਾ ਜਿਹੜੀ ਖਰਾਬ ਹੋ ਗਈ ਸੀ। ਹੁਣ ਜਿਹੜਾ ਅਮੀਰ ਸੀ ਉਹ ਗਰੀਬ ਦਾ ਪਾੜਾ ਵੜਦਾ ਸੀ, ਭਾਵ ਉਹਦਾ ਸ਼ੋਸ਼ਣ ਕਰਦਾ ਸੀ, ਉਹਦੇ ਅੱਤਿਆਚਾਰ ਕਰਦਾ ਸੀ। ਗਰੀਬ ਡਰਦਾ ਘਰੋਂ ਹੀ ਨਹੀਂ ਬਾਹਰ ਨਿਕਲਦਾ ਸੀ। ਇਹਨਾਂ ਸਾਰੀਆਂ ਗੱਲਾਂ ਕਰਕੇ ਜਿਹੜੀ ਪ੍ਰਜਾ ਹੈ ਉਹ ਰਾਜੇ ਤੋਂ ਖੁਸ਼ ਨਹੀਂ ਸੀ। ਅਗਲਾ ਪ੍ਰਸ਼ਨ ਹੈ, ਰਾਜੇ ਨੂੰ ਰਸਤੇ ਵਿੱਚ ਕੌਣ ਕੌਣ ਮਿਲੇ? ਰਾਜੇ ਨੂੰ ਰਸਤੇ ਵਿੱਚ ਕੌਣ ਕੌਣ ਮਿਲਿਆ? ਰਾਜੇ ਨੂੰ ਰਸਤੇ ਵਿੱਚ ਕੌਣ ਕੌਣ ਮਿਲਿਆ? ਰਾਜੇ ਨੂੰ ਰਸਤੇ ਵਿੱਚ ਕੌਣ ਕੌਣ ਮਿਲਿਆ ਸੀ? ਤਾਂ ਰਾਜੇ ਨੂੰ ਰਸਤੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਇੱਕ ਕਿਸਾਨ ਮਿਲਿਆ ਸੀ, ਜੋ ਕਿ ਖੇਤ ਵਿੱਚ ਹਲ ਜੋਤ ਰਿਹਾ ਸੀ। ਠੀਕ ਹੈ, ਉਸ ਤੋਂ ਬਾਅਦ ਉਹਨੂੰ ਬੁੱਢੀ ਮਾਈ ਮਿਲੀ, ਜੋ ਕਿ ਦਰਖਤ 'ਤੇ ਚੜ੍ਹ ਕੇ ਫਲ ਆਪਣੇ ਢਿੱਡ ਭਰਨ ਲਈ, ਕੋਈ ਫਲ, ਕੋਈ ਸਬਜ਼ੀ, ਕੁਛ ਤੋੜ ਰਹੀ ਸੀ। ਫਿਰ ਉਹਨੂੰ ਇੱਕ ਬੁੱਢਾ ਬਜ਼ੁਰਗ ਮਿਲਿਆ ਜਿਹਦੇ ਪੈਰ 'ਚ ਕੰਡਾ ਵੱਜਦਾ ਹੈ। ਫਿਰ ਉਹਨੂੰ ਲਾਸਟ ਦੇ ਵਿੱਚ ਡੱਡੂ ਮਿਲਦਾ ਹੈ, ਜੋ ਕਿ ਛੱਪੜ ਦੇ ਤਲਾਅ ਦੇ ਇੱਕ ਕਿਨਾਰੇ 'ਤੇ, ਥੋੜ੍ਹੀ ਜਿਹੀ ਜਿੱਥੇ ਉੱਚੀ ਮਿੱਟੀ ਸੀ ਥਾਂ 'ਤੇ ਸੀ, ਉੱਥੇ ਬੈਠਾ। ਇਹ ਸਾਰੇ ਜਿਹੜੇ ਰਾਜੇ ਨੂੰ
ਰਾਹ ਦੇ ਵਿੱਚ ਮਿਲਦੇ ਹਨ, ਸਾਰੇ ਰਸਤੇ ਦੇ ਵਿੱਚ ਮਿਲਦੇ ਹਨ। ਜਿਵੇਂ ਜਿਵੇਂ ਉਹ ਅੱਗੇ ਚੱਲਦੇ ਜਾਂਦੇ ਹੈ, ਜਿਵੇਂ ਜਿਵੇਂ ਉਹ ਅੱਗੇ ਚੱਲਦੇ ਜਾਂਦੇ ਆ, ਉਵੇਂ ਉਵੇਂ ਉਹਨਾਂ ਰਸਤੇ ਦੇ ਵਿੱਚ, ਜਿਵੇਂ ਸਾਰਿਆਂ ਨਾਲੋਂ ਪਹਿਲਾਂ ਮਿਲਿਆ ਇੱਕ ਕਿਸਾਨ, ਸਾਰਿਆਂ ਨਾਲੋਂ ਪਹਿਲਾਂ ਕਿਸਾਨ ਮਿਲਿਆ, ਉਹਨੇ ਆਪਣੀ ਸਮੱਸਿਆ ਦੱਸੀ, ਫਿਰ ਉਹ ਜਿਵੇਂ ਹੋਰ ਅੱਗੇ ਵਧੇ ਤਾਂ ਇੱਕ ਬੁੱਢੀ ਮਾਈ ਮਿਲੀ ਜੋ ਕਿ ਦਰਖਤ 'ਤੇ ਚੜ੍ਹ ਕੇ ਫਲ ਤੋੜ ਰਹੀ ਸੀ। ਉਹਦੀ ਗੱਲ ਸੁਣੀ, ਫਿਰ ਉਹਦੀ ਗੱਲ ਤੋਂ ਪਰੇਸ਼ਾਨ ਹੋਏ, ਫਿਰ ਉਹ ਹੋਰ ਅੱਗੇ ਗਏ, ਫਿਰ ਉਹਨੂੰ ਇੱਕ ਬਜ਼ੁਰਗ ਬੰਦਾ ਮਿਲਿਆ, ਫਿਰ ਉਹਦੇ ਪੈਰ 'ਚ ਕੰਡਾ ਵੱਜਿਆ, ਉਹਦਾ ਕਾਰਨ ਉਹਨੂੰ ਦੱਸਿਆ, ਫਿਰ ਉਹਦੀ ਗੱਲ ਸੁਣ ਕੇ ਫਿਰ ਉਹ ਹੋਰ ਅੱਗੇ ਗਏ। ਜਦੋਂ ਫਿਰ ਅੱਗੇ ਜਾਂਦੇ ਉਹਨੂੰ ਡੱਡੂ ਮਿਲਦਾ, ਫਿਰ ਉਹ ਡੱਡੂ ਦੀ ਗੱਲ ਸੁਣ ਕੇ ਫਿਰ ਉਹ ਹੋਰ ਅੱਗੇ ਜਾਂਦੇ। ਇਸ ਤਰ੍ਹਾਂ ਰਾਜੇ ਨੂੰ ਰਸਤੇ ਦੇ ਵਿੱਚ ਜਿਹੜੇ ਕਿਸਾਨ, ਬੁੱਢੀ ਔਰਤ ਅਤੇ ਇੱਕ ਬਜ਼ੁਰਗ ਅਤੇ ਇੱਕ ਡੱਡੂ ਰਸਤੇ ਵਿੱਚ ਮਿਲੇ ਸਨ। ਤਾਂ ਇਹ ਸੀ ਆਪਣਾ ਦੂਜਾ ਪ੍ਰਸ਼ਨ। ਕਿਸਾਨ ਨੇ ਰਾਜੇ ਦੀ ਪ੍ਰਜਾ ਬਾਰੇ ਕੀ ਕਿਹਾ? ਕਿਸਾਨ ਨੇ ਕਿਸਾਨ ਨੇ ਰਾਜੇ ਦੀ ਪ੍ਰਜਾ ਬਾਰੇ ਕੀ ਕਿਹਾ? ਤਾਂ ਕਿਸਾਨ ਨੇ ਰਾਜੇ ਦੀ ਪ੍ਰਜਾ ਬਾਰੇ ਕਿਹਾ ਕਿ ਜਦੋਂ ਕਿਸਾਨ ਗਾਲਾਂ ਕੱਢਦਾ ਹੈ, ਜਦੋਂ ਕਿਸਾਨ ਗਾਲਾਂ ਕੱਢਦਾ ਹੈ ਤਾਂ ਵਜ਼ੀਰ ਉਹਨੂੰ ਜਾ ਕੇ ਪੁੱਛਦਾ ਹੈ ਵੀ ਬਲਦ ਤੇਰਾ ਡਿੱਗਿਆ, ਬਲਦ ਤੇਰੇ ਤੋਂ ਡਿੱਗਿਆ, ਇਹਦੇ ਵਿੱਚ ਰਾਜੇ ਦਾ ਕੀ ਕਸੂਰ ਹੈ, ਇਹਦੇ ਵਿੱਚ ਰਾਜੇ ਦੀ ਕੀ ਗਲਤੀ ਹੈ? ਤਾਂ ਉਹ ਕਿਸਾਨ ਕਹਿੰਦਾ ਕਿ ਮੇਰਾ ਧਿਆਨ ਮੇਰਾ ਘਰ ਵੱਲ ਹੈ, ਜਿਹੜਾ ਉਹਦਾ ਧਿਆਨ ਹੈ ਘਰ ਵੱਲ ਹੈ। ਫਿਰ ਉਹ ਦੱਸਦਾ ਵੀ ਕਿਸਾਨ ਮੇਰਾ ਧਿਆਨ ਘਰ ਵੱਲ ਕਿਉਂ ਹੈ, ਕਿਉਂ ਹੈ, ਕਿਉਂਕਿ ਜਿਹੜਾ ਉਹਦਾ ਰਾਜ ਸੀ ਰਾਜੇ ਦਾ, ਉਹਦੇ ਵਿੱਚ ਲੋਕਾਂ 'ਤੇ ਅੱਤਿਆਚਾਰ, ਚੋਰੀ, ਠੱਗੀ ਅਤੇ ਜਿਹੜੇ ਠੱਗਾਂ ਦੇ ਮਨਾਂ ਦੇ ਵਿੱਚ ਭੈ ਸੀ ਉਹ ਖਤਮ ਹੋ ਗਿਆ ਸੀ, ਚੋਰੀ ਠੱਗੀ ਬਹੁਤ ਜ਼ਿਆਦਾ ਵੱਧ ਗਈ ਸੀ। ਫਿਰ ਕਹਿੰਦਾ ਹੈ ਕਿ ਮੈਨੂੰ ਮੇਰੇ ਘਰ ਦਾ ਫਿਕਰ ਹੈ ਕਿ ਮੇਰੇ ਘਰ ਕੋਈ ਸਮਾਨ ਚੋਰੀ ਨਾ ਹੋ ਜਾਵੇ। ਫਿਰ ਉਹ ਕਹਿੰਦਾ ਕਿ ਮੇਰੇ ਘਰ ਮੁਟਿਆਰ ਧੀ ਹੈ, ਮੈਨੂੰ ਉਹਦਾ ਫਿਕਰ ਹੈ, ਇੱਕ ਵਾਰ ਮੇਰੀ ਧੀ ਮੇਰੇ ਵਾਸਤੇ ਖੇਤ ਰੋਟੀ ਲੈ ਕੇ ਆਉਂਦੀ ਹੈ ਤਾਂ ਰਾਹ ਦੇ ਵਿੱਚ 10 ਮੁਸ਼ਟੰਡੇ ਉਹਨੂੰ ਘੇਰ ਕੇ ਖੜ੍ਹ ਜਾਂਦੇ ਹੈ। ਅਤੇ ਜੇ ਇਹੀ ਰਾਜ ਕਿਸੇ ਚੱਜ ਦੇ ਰਾਜ ਦਾ ਹੋਵੇ ਤਾਂ ਉਹਨਾਂ ਦੀ ਹਿੰਮਤ ਹੈ ਵੀ ਕਿਸੇ ਦੀ ਧੀ ਨੂੰ ਛੇੜਖਾਨੀ ਕਰ ਸਕਣ ਜਾਂ ਉਹਨੂੰ ਕੋਈ ਬੁਰਾ ਮੰਦਾ ਉਹਨੂੰ ਬੋਲ ਸਕਣ। ਤਾਂ ਇਹ ਸਾਰੀਆਂ ਗੱਲਾਂ ਕੌਣ ਕਹਿੰਦਾ ਹੈ? ਕਿਸਾਨ ਰਾਜੇ ਨੂੰ ਕਹਿੰਦਾ ਹੈ ਕਿ ਉਹਦੀ ਪ੍ਰਜਾ ਬਹੁਤ ਦੁਖੀ ਹੈ ਉਸ ਰਾਜੇ ਕਰਕੇ, ਕਿਉਂਕਿ ਰਾਜਾ ਐਸ਼ ਪ੍ਰਸਤੀ ਦੇ ਜੀਵਨ ਵਿੱਚ ਪੈ ਗਿਆ ਹੈ। ਤਾਂ ਇਹਨਾਂ ਗੱਲਾਂ ਕਰਕੇ ਆਹ ਗੱਲਾਂ ਜਿਹੜਾ ਕਿਸਾਨ ਹੈ ਉਹ ਰਾਜੇ ਨੂੰ ਦੱਸਦਾ ਹੈ, ਰਾਜੇ ਨੂੰ ਕਹਿੰਦਾ ਹੈ ਉਹਦੇ ਰਾਜ ਬਾਰੇ, ਪ੍ਰਜਾ ਬਾਰੇ। ਤੀਜਾ ਪ੍ਰਸ਼ਨ ਸੀ, ਬੁੱਢੀ ਔਰਤ ਨੇ ਰਾਜੇ ਨੂੰ ਕਿਉਂ ਗਾਲਾਂ ਕੱਢੀਆਂ? ਹੁਣ ਬੁੱਢੀ ਔਰਤ ਨੇ ਰਾਜੇ ਨੂੰ ਕਿਉਂ ਗਾਲਾਂ ਕੱਢੀਆਂ? ਜਿਹੜੀ ਬੁੱਢੀ ਔਰਤ ਹੈ, ਬੁੱਢੀ ਔਰਤ ਨੇ ਰਾਜੇ ਨੂੰ ਕਿਉਂ ਗਾਲਾਂ ਕੱਢੀਆਂ? ਉਹ ਗਾਲਾਂ ਕਿਉਂ ਕੱਢਦੀ ਹੈ? ਜਿਹੜੀ ਬੁੱਢੀ ਔਰਤ ਹੈ, ਬੁੱਢੀ ਔਰਤ ਰਾਜੇ ਨੂੰ ਗਾਲਾਂ ਕਿਉਂ ਕੱਢਦੀ ਹੈ? ਹੁਣ ਉਹ ਬੁੱਢੀ ਹੋ ਗਈ, ਬਜ਼ੁਰਗ ਹੋਣ ਕਾਰਨ ਹੁਣ ਉਹਦੇ ਕੋਲ ਆਪਦਾ ਢਿੱਡ ਭਰਨ ਵਾਸਤੇ ਕੁਝ ਨਹੀਂ ਸੀ, ਉਹਦੇ ਕੋਲ ਖਾਣ ਨੂੰ ਕੁਝ ਨਹੀਂ ਸੀ। ਬੁੱਢੀ ਔਰਤ ਕਹਿੰਦੀ ਹੈ ਕਿ ਪਹਿਲਾਂ ਜਿਹੜੇ ਰਾਜੇ ਸੀ ਉਹ ਬਜ਼ੁਰਗਾਂ ਨੂੰ ਉਹਨਾਂ ਦਾ ਧਿਆਨ ਰੱਖਦੇ ਸੀ, ਉਹਨਾਂ ਨੂੰ ਖਾਣ ਨੂੰ ਪੀਣ ਨੂੰ ਦਿੰਦੇ ਸਨ, ਉਹਨਾਂ ਦੀ ਸੰਭਾਲ ਕਰਦੇ ਸਨ। ਹੁਣ ਜਿਹੜਾ ਰਾਜਾ ਹੈ ਇਹ ਤਾਂ ਐਸ਼ ਪ੍ਰਸਤੀ ਦੇ ਵਿੱਚ ਮਸਤ ਹੈ, ਇਹਨੂੰ ਤਾਂ ਕੋਈ ਫਿਕਰ ਹੀ ਨਹੀਂ, ਇਹ ਤਾਂ ਆਪਣੇ ਕੰਮਾਂ ਦੇ ਵਿੱਚ ਮਸਤ ਹੈ। ਤਾਂ ਪਹਿਲਾਂ ਤਾਂ ਰਾਜੇ ਬਜ਼ੁਰਗਾਂ ਦਾ ਖਿਆਲ ਰੱਖਦੇ ਸਨ, ਪਰ ਹੁਣ ਬਜ਼ੁਰਗਾਂ ਦੀ ਉਸਨੂੰ ਕੋਈ ਫਿਕਰ ਹੀ ਨਹੀਂ। ਉਹਨਾਂ ਗੱਲਾਂ ਕਰਕੇ
ਉਹਨਾਂ ਗੱਲਾਂ ਕਰਕੇ ਜਿਹੜੀ ਬੁੱਢੀ ਹੈ ਉਹ ਰਾਜੇ ਨੂੰ ਗਾਲਾਂ ਕੱਢਦੀ ਹੈ। ਤਾਂ ਬੁੱਢੀ ਕਹਿੰਦੀ ਹੈ ਕਿ ਉਹ ਤਾਂ ਗਾਲਾਂ ਕੱਢਦੀ ਹੈ ਕਿ ਉਹਦੇ ਹੁਣ ਰਾਜ ਦੇ ਵਿੱਚ ਉਹ ਬੁੱਢੀ ਔਰਤ ਨੂੰ ਆਪਦਾ ਖਾਣ ਪੀਣ ਲਈ ਲੱਭ ਕੇ ਲਿਆਉਣਾ ਪੈਂਦਾ, ਆਪਦਾ ਖਾਣ ਪੀਣ ਦਾ ਉਹਨੂੰ ਆਪ ਨੂੰ ਮਤਲਬ ਭਾਲ ਕੇ ਲਿਆਉਣਾ ਪੈਂਦਾ, ਜਾਂ ਉਹਨੂੰ ਕਿਵੇਂ ਨਾ ਕਿਵੇਂ ਉਹਨੂੰ ਆਪਦਾ ਖਾਣ ਪੀਣ ਦੀ ਕੋਈ ਨਾ ਕੋਈ ਵਿਵਸਥਾ ਕਰਨੀ ਪੈਂਦੀ ਹੈ, ਪ੍ਰਬੰਧ ਕਰਨਾ ਪੈਂਦਾ ਹੈ। ਜਿਹੜੇ ਪਹਿਲਾਂ ਵਾਲੇ ਰਾਜੇ ਸੀ ਉਹ ਬਜ਼ੁਰਗਾਂ ਦੀ ਸੇਵਾ ਕਰਦੇ ਸਨ, ਉਹਨਾਂ ਨੂੰ ਸੰਭਾਲ ਕਰਦੇ ਸਨ, ਪਰ ਹੁਣ ਦਾ ਇਹ ਰਾਜਾ ਇਹਨੂੰ ਕੋਈ ਫਿਕਰ ਨਹੀਂ, ਇਹ ਆਪਣੇ ਇਹਨੇ ਬਜ਼ੁਰਗਾਂ ਦਾ ਇਹਨੇ ਕੋਈ ਫਿਕਰ ਨਹੀਂ, ਕੋਈ ਇਹਨੂੰ ਸੰਭਾਲ ਨਹੀਂ। ਇਹਨਾਂ ਗੱਲਾਂ ਕਰਕੇ ਬੁੱਢੀ ਔਰਤ ਕੀ ਕਰਦੀ ਹੈ, ਰਾਜੇ ਨੂੰ ਗਾਲਾਂ ਕੱਢਦੀ ਹੈ। ਹੁਣ ਆਉਂਦਾ ਹੈ ਪੰਜਵਾਂ ਪ੍ਰਸ਼ਨ, ਇਹ ਸੀ ਚੌਥਾ। ਪੰਜਵਾਂ ਹੈ, ਡੱਡੂ ਨੇ ਰਾਜੇ ਬਾਰੇ ਵਜ਼ੀਰ ਨੂੰ ਕੀ ਕਿਹਾ। ਡੱਡੂ ਨੇ ਰਾਜੇ ਬਾਰੇ ਵਜ਼ੀਰ ਨੂੰ ਕੀ ਕਿਹਾ। ਡੱਡੂ ਨੇ ਰਾਜੇ ਬਾਰੇ ਵਜ਼ੀਰ ਨੂੰ ਕੀ ਕਿਹਾ। ਡੱਡੂ ਦੱਸਦਾ ਹੈ ਕਿ ਜਿਹੜੇ ਗਿਰਜ ਹਨ ਉਹ ਉਹਨਾਂ ਨੂੰ ਨੋਚ ਨੋਚ ਕੇ ਖਾ ਰਹੇ ਹਨ, ਜਿਹੜੇ ਗਿਰਜ ਹਨ ਉਹ ਉਹਨਾਂ ਦਾ ਮਾਸ ਨੋਚ ਨੋਚ ਕੇ ਖਾ ਰਹੇ ਹਨ। ਇਸ ਰਾਜ ਵਿੱਚ ਰਾਜੇ ਨੂੰ ਜੀ ਜੰਤੂਆਂ ਦੀ ਵਾਤਾਵਰਣ ਦੀ ਕੋਈ ਫਿਕਰ ਨਹੀਂ, ਰਾਜੇ ਨੂੰ ਜੀ ਜੰਤੂਆਂ ਦੀ ਕੋਈ ਫਿਕਰ ਨਹੀਂ। ਜਿਵੇਂ ਸਾਨੂੰ ਜਿਹੜੇ ਗਿਰਜ ਹੈ ਉਹ ਨੋਚ ਨੋਚ ਕੇ ਖਾ ਰਹੇ ਹੈ, ਉਸੇ ਤਰ੍ਹਾਂ ਰਾਜੇ ਦੇ ਘਰ ਵੀ ਚੋਰ ਉਹਨੂੰ ਨੋਚ ਨੋਚ ਕੇ ਖਾਣ, ਫਿਰ ਉਹਨੂੰ ਪਤਾ ਲੱਗੇ, ਫਿਰ ਉਹਨੂੰ ਦਰਦ ਮਹਿਸੂਸ ਹੋਵੇ, ਤਾਂ ਜੋ ਉਹਨੂੰ ਸਮਝ ਆ ਸਕੇ ਜੋ ਸਾਡੇ ਹਾਲਤ ਹੋਈ ਹੈ। ਇਹ ਗੱਲਾਂ ਜੇ ਡੱਡੂ ਹੈ ਉਹ ਵਜ਼ੀਰ ਨੂੰ ਕਹਿ ਰਿਹਾ ਹੈ ਕਿ ਉਹਨੂੰ ਬਿਲਕੁਲ ਪਤਾ ਨਹੀਂ, ਜੀਵ ਜੰਤੂ ਮਰ ਜਾਣਗੇ, ਵਾਤਾਵਰਨ ਦਾ ਕੋਈ ਪਰਵਾਹ ਨਹੀਂ, ਵਾਤਾਵਰਨ ਖਰਾਬ ਹੋ ਰਿਹਾ ਹੈ ਅਤੇ ਜਿਹੜਾ ਰਾਜਾ ਹੈ ਉਹਨੂੰ ਕੋਈ ਵੀ ਫਿਕਰ ਨਹੀਂ ਗੀ। ਤਾਂ ਡੱਡੂ ਵਜ਼ੀਰ ਨੂੰ ਰਾਜੇ ਬਾਰੇ ਕਹਿੰਦਾ ਹੈ ਕਿ ਰਾਜੇ ਨੂੰ ਕੋਈ ਪਰਵਾਹ ਨਹੀਂ, ਉਹਨਾਂ ਡੱਡੂਆਂ ਨੂੰ ਜਿਹੜੇ ਗਿਰਜ ਹੈ ਉਹ ਨੋਚ ਨੋਚ ਕੇ ਖਾ ਰਹੇ ਹੈ, ਜੀਵ ਜੰਤੂਆਂ ਦਾ ਬੁਰਾ ਹਾਲ ਹੈ, ਵਾਤਾਵਰਨ ਖਰਾਬ ਹੋ ਰਿਹਾ ਹੈ, ਉਹਨਾਂ ਚੀਜ਼ਾਂ ਦਾ ਰਾਜੇ ਨੂੰ ਕੋਈ ਫਿਕਰ ਨਹੀਂ, ਇਹੋ ਜਿਹੇ ਰਾਜੇ ਦਾ ਕੀ ਫਾਇਦਾ। ਤਾਂ ਇਹ ਗੱਲ ਕਿਹਨੇ ਕਹੀ? ਡੱਡੂ ਨੇ ਵਜ਼ੀਰ ਨੂੰ ਰਾਜੇ ਵਾਸਤੇ ਕਹੀ। ਹੁਣ ਹੈ ਛੇਵਾਂ ਪ੍ਰਸ਼ਨ, ਰਾਜੇ ਨੇ ਭੇਸ ਵਟਾ ਕੇ ਕੀ ਭੇਤ ਜਾਣਿਆ। ਰਾਜੇ ਨੇ ਭੇਸ ਵਟਾ ਕੇ ਕੀ ਜਾਣਿਆ। ਰਾਜੇ ਨੇ ਭੇਸ ਵਟਾ ਕੇ ਕੀ ਭੇਤ ਜਾਣਿਆ। ਭੇਸ ਵਟਾ ਕੇ ਕੀ ਭੇਤ ਜਾਣਿਆ। ਰਾਜੇ ਨੇ ਭੇਸ ਵਟਾ ਕੇ ਕੀ ਭੇਤ ਜਾਣਿਆ। ਤਾਂ ਰਾਜੇ ਨੇ ਭੇਸ ਵਟਾ ਕੇ ਜਿਹੜੀ ਉਹਦੇ ਨਾਲ ਘਟਨਾ ਹੋਈ ਸੀ, ਜਿਹੜੀਆਂ ਉਹਦੇ ਨਾਲ ਜਿਹੜਾ ਰਾਜਾ ਸੀ ਉਹ ਆਪਣੀ ਜ਼ਿੰਮੇਵਾਰੀਆਂ ਭੁੱਲ ਕੇ ਐਸ਼ ਪ੍ਰਸਤੀ ਦੇ ਵਿੱਚ ਫਸਿਆ ਹੋਇਆ ਸੀ। ਉਹਨੂੰ ਸੁਪਨਾ ਆਉਂਦਾ ਹੈ, ਸੁਪਨੇ ਵਿੱਚ ਜਦੋਂ ਉਹਦੇ ਵਿੱਚ ਕੋਈ ਪਰਮਾਤਮਾ ਕੋਈ ਕਿਸੇ ਵੀ ਰੂਪ 'ਚ ਆ ਕੇ ਉਹਨੂੰ ਕਹਿੰਦਾ ਕਿ ਤੈਨੂੰ ਨਰਕ ਮਿਲੂਗਾ, ਤਾਂ ਉਹ ਆਪਣਾ ਭੇਸ ਵਟਾ ਕੇ ਆਪਣੀ ਪ੍ਰਜਾ ਦਾ ਹਾਲ ਪੁੱਛਣ ਵਾਸਤੇ ਆਪਣੇ ਰਾਜ ਵਿੱਚ ਜਾਂਦਾ ਹੈ। ਤਾਂ ਉਹ ਦੇਖਦਾ ਹੈ ਕਿ ਉਹਦੇ ਰਾਜ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ, ਜੋ ਉਹਦੇ ਰਾਜ ਦਰਬਾਰੀ ਸਨ, ਉਹਦੇ ਮੰਤਰੀ ਵਜ਼ੀਰ ਇਹ ਸਾਰੇ ਆਪਣੇ ਫਰਜ਼ ਭੁਲਾ ਕੇ ਐਸ਼ ਪ੍ਰਸਤੀ ਦੀ ਜ਼ਿੰਦਗੀ ਦੇ ਵਿੱਚ ਰੁੱਝੇ ਹੋਏ ਸਨ। ਫਿਰ ਸਾਰਿਆਂ ਨੇ ਉਸ ਰਾਜ ਦਾ ਜਿਹੜਾ ਗਰੀਬ ਅਮੀਰ, ਗਰੀਬ ਦਾ ਜਿਹੜਾ ਪਾੜਾ ਹੈ ਉਹ ਵੱਢ ਰਿਹਾ ਸੀ, ਗਰੀਬ ਡਰਦਾ ਘਰੋਂ ਬਾਹਰ ਨਹੀਂ ਸੀ ਨਿਕਲ ਰਿਹਾ, ਚੋਰਾਂ ਨੂੰ ਚੋਰੀ ਕਰਨ ਦੀ ਖੁੱਲ ਮਿਲ ਗਈ ਸੀ। ਇਸ ਤਰ੍ਹਾਂ ਉਸ ਰਾਜੇ ਦੇ
ਐਸ਼ਪ੍ਰਸਤ ਹੋਣ ਦੇ ਨਾਲ ਉਹਦੇ ਰਾਜ ਦੇ ਵਿੱਚ ਸਾਰੀ ਵਿਵਸਥਾ ਹੈ, ਉਹ ਜਿਹੜਾ ਸਾਰਾ ਰਾਜ ਭਾਗ ਹੈ ਉਹਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ, ਉਹਦਾ ਬੁਰਾ ਹਾਲ ਹੋਇਆ ਪਿਆ ਸੀ, ਗਰੀਬਾਂ ਦਾ ਸਭ ਤੋਂ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਸੀ। ਤਾਂ ਰਾਜੇ ਨੇ ਭੇਸ ਉਠਾ ਕੇ ਜਾਣਿਆ ਕਿ ਪ੍ਰਜਾ ਦਾ ਹਾਲ ਪਤਾ ਕਰੀਏ, ਤਾਂ ਇਸ ਘਟਨਾਵਾਂ ਇੱਕ ਦਿਨ 'ਚ ਉਹਦੇ ਨਾਲ ਹੁੰਦੀਆਂ, ਉਹ ਫਿਰ ਉਹਨੂੰ ਕੋਈ ਖੁਸ਼ੀ ਨਹੀਂ ਮਿਲਦੀ। ਵੀ ਜਦੋਂ ਭੇਸ ਵਟਾ ਕੇ ਉਹ ਜਾਂਦੇ ਹੈ, ਜਿਵੇਂ ਪਹਿਲਾਂ ਨੂੰ ਇੱਕ ਕਿਸਾਨ ਮਿਲਦਾ ਹੈ, ਫਿਰ ਬੁੱਢੀ ਔਰਤ ਮਿਲਦੀ ਹੈ, ਫਿਰ ਉਹਨਾਂ ਨੂੰ ਇੱਕ ਬਜ਼ੁਰਗ ਮਿਲਦਾ ਹੈ, ਡੱਡੂ ਮਿਲਦਾ ਹੈ, ਤਾਂ ਉਹਨਾਂ ਸਾਰੀਆਂ ਗੱਲਾਂ ਤੋਂ ਇਹ ਨਿਚੋੜ ਕੱਢਦੇ, ਉਹ ਉਹਨਾਂ ਸਾਰਿਆਂ ਤੋਂ ਗੱਲਾਂ ਤੋਂ ਦੁਖੀ ਹੁੰਦੇ ਹੈ ਵੀ ਜਿਹੜਾ ਉਹਨਾਂ ਦਾ ਰਾਜ ਹੈ ਉਹ ਸਹੀ ਨਹੀਂ ਚੱਲ ਰਿਹਾ। ਉਸ ਦੇ ਰਾਜ ਦੇ ਵਿੱਚ ਜੋ ਉਹਦੇ ਰਾਜ ਦੇ ਲੋਕ ਹੈ, ਜੋ ਜਨਤਾ ਹੈ, ਜੋ ਜੀਵ ਜੰਤੂ ਹੈ, ਕੋਈ ਵੀ ਖੁਸ਼ ਨਹੀਂ, ਕੋਈ ਵੀ ਉਹਦੇ ਰਾਜ ਤੋਂ ਖੁਸ਼ ਨਹੀਂ। ਇਹ ਗੱਲਾਂ ਦਾ ਭੇਤ ਪਾਉਣ ਵਾਸਤੇ ਉਹ ਭੇਸ ਵਟਾ ਕੇ ਜਾਂਦਾ ਹੈ। ਹੁਣ ਹੈ ਆਪਣਾ ਅਗਲਾ ਪ੍ਰਸ਼ਨ, ਰਾਜੇ ਨੇ ਦਰਬਾਰ ਜਾ ਕੇ ਕੀ ਨਿਰਦੇਸ਼ ਦਿੱਤਾ? ਰਾਜੇ ਨੇ ਦਰਬਾਰ 'ਚ ਆ ਕੇ ਕੀ ਨਿਰਦੇਸ਼ ਦਿੱਤਾ? ਕੀ ਨਿਰਦੇਸ਼ ਦਿੱਤੇ ਸੀ ਰਾਜੇ ਨੇ ਦਰਬਾਰ 'ਚ ਆ ਕੇ? ਜਦੋਂ ਰਾਜੇ ਨੇ ਪ੍ਰਜਾ ਦਾ ਹਾਲ ਵੇਖਿਆ ਬਹੁਤ ਬੁਰਾ ਸੀ, ਤਾਂ ਉਹਨਾਂ ਨੇ ਉਹਦੇ ਸਾਰੇ ਦਰਬਾਰੀ ਸਨ ਉਹਨਾਂ ਨੂੰ ਬੁਲਾਇਆ, ਅਤੇ ਜੋ ਉਹਦੀ ਰਾਜ ਦਾ ਹਾਹਾਕਾਰ ਮੱਚੀ ਹੋਈ ਸੀ ਉਹਨੂੰ ਸੁਧਾਰਨ ਦਾ ਉਹਨੇ ਪ੍ਰਯਤਨ ਕੀਤਾ ਅਤੇ ਸੁਧਾਰਿਆ ਵੀ। ਜੋ ਉਹਦੇ ਰਾਜ ਦੇ ਵਿੱਚ ਜਿੰਨੀ ਗਰੀਬਾਂ ਨਾਲ ਬੁਰਾ ਹਾਲ ਸੀ, ਗਰੀਬ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ ਸੀ, ਚੋਰਾਂ ਨੂੰ ਚੋਰੀ ਕਰਨ ਦੀ ਖੁੱਲ੍ਹ ਮਿਲ ਗਈ ਸੀ, ਉਹਨਾਂ ਸਾਰੀਆਂ ਗੱਲਾਂ 'ਤੇ ਉਹਨੇ ਸੁਧਾਰ ਕੀਤਾ, ਉਹਨਾਂ ਸਾਰਿਆਂ ਨੂੰ ਅਮਲ 'ਚ ਲਿਆ ਕੇ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਨਾਲ ਉਹਨਾਂ ਨੇ ਕੰਮ ਸ਼ੁਰੂ ਕੀਤਾ। ਕਿਹਨਾਂ ਨੇ? ਰਾਜੇ ਨੇ। ਅਤੇ ਜਦੋਂ ਇਸ ਹਾਲਾਤ ਜਾਣ ਕੇ ਉਹਨੇ ਸਾਰਿਆਂ ਨੂੰ ਇਕੱਠਾ ਕੀਤਾ ਅਤੇ ਗਲਤੀ ਦਾ ਪਸ਼ਚਾਤਾਪ ਕੀਤਾ, ਅਤੇ ਸਾਰੇ ਦਰਬਾਰੀਆਂ ਨੇ ਮਾਫ਼ੀ ਮੰਗੀ ਅਤੇ ਰਾਜੇ ਨੇ ਮਾਫ਼ੀ ਮੰਗੀ ਵੀ ਆਪਣੇ ਤੋਂ ਗਲਤੀ ਹੋਈ ਹੈ, ਆਪਣੀ ਪ੍ਰਜਾ ਆਪਣੇ ਤੋਂ ਨਾਰਾਜ਼ ਹੈ, ਆਪਾਂ ਸਾਰੀ ਵਿਵਸਥਾ ਸਹੀ ਕਰਨੀ ਹੈ, ਆਪਾਂ ਪ੍ਰਜਾ ਨੂੰ ਸੁਖੀ ਕਰਨਾ ਹੈ। ਠੀਕ ਹੈ, ਇਹ ਸੀ ਆਪਣਾ 7ਵਾਂ ਪ੍ਰਸ਼ਨ। ਅਤੇ ਲਾਸਟ ਹੈ, ਰਾਜੇ ਦਾ ਕਸੂਰ ਨੀਤੀ ਕਹਾਣੀ ਦਾ ਕੀ ਉਦੇਸ਼ ਹੈ? ਰਾਜੇ ਦਾ ਨੀਤੀ ਕਹਾਣੀ ਦਾ ਉਦੇਸ਼ ਇਹ ਹੈ ਕਿ ਸਾਨੂੰ ਕਦੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਣਾ ਚਾਹੀਦਾ। ਜੋ ਸਾਡੇ ਜ਼ਿੰਮੇਵਾਰੀਆਂ ਹਨ ਉਹਨਾਂ ਨੂੰ ਸਾਨੂੰ ਇਮਾਨਦਾਰੀ ਦੇ ਨਾਲ ਪੂਰਾ ਕਰਨਾ ਚਾਹੀਦਾ ਹੈ। ਜੋ ਵੀ ਸਾਡੇ 'ਤੇ ਜ਼ਿੰਮੇਦਾਰੀਆਂ ਹੁੰਦੀਆਂ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਪੂਰਾ ਕਰਨਾ ਚਾਹੀਦਾ ਹੈ। ਜਿੰਨੇ ਜ਼ਿੰਮੇਦਾਰੀ ਕਰਤੱਵ ਹੈ ਉਹ ਸਭ ਆਪਾਂ ਨੂੰ ਪੂਰੇ ਕਰਨੇ ਚਾਹੀਦੇ ਹੈ। ਜਿਸ ਤਰ੍ਹਾਂ ਸਵਾਰਥੀ ਅਤੇ ਅੰਸ਼ਪ੍ਰਸਤ ਨਹੀਂ ਹੋਣਾ ਚਾਹੀਦਾ, ਜਿਵੇਂ ਕਿ ਰਾਜਾ ਐਸ਼ਪ੍ਰਸਤ ਹੋ ਗਿਆ ਸੀ, ਜਾਂ ਸਵਾਰਥੀ ਨਹੀਂ ਹੋਣਾ ਚਾਹੀਦਾ। ਪ੍ਰਜਾ ਦੀ ਭਲਾਈ ਵਾਸਤੇ ਕੰਮ ਕਰਨਾ ਚਾਹੀਦਾ ਹੈ, ਜੋ ਆਪਣੀ ਜਿਸ ਤਰ੍ਹਾਂ ਦੀ ਜ਼ਿੰਮੇਵਾਰੀ ਹੈ। ਤਾਂ ਇਹ ਸੀ ਅੱਜ ਦਾ ਆਪਣਾ ਪਾਠ, ਰਾਜੇ ਦਾ ਕਸੂਰ, ਜਿਸ ਵਿੱਚ ਆਪਾਂ ਦੇਖਿਆ ਕਿ ਰਾਜੇ ਦਾ ਕੀ ਕਸੂਰ ਸੀ, ਕਿਵੇਂ ਕਿਵੇਂ ਕਿਸਾਨ, ਬੁੱਢੀ ਔਰਤ, ਇੱਕ ਬਜ਼ੁਰਗ ਅਤੇ ਡੱਡੂ ਨੇ ਉਹਨਾਂ ਨੇ ਵਿਚਾਰ ਦਿੱਤੇ ਅਤੇ ਉਹਨਾਂ ਨੇ ਪੁੱਛਿਆ ਫਿਰ ਰਾਜੇ ਨੇ ਵੀ ਇਸ ਰਾਜੇ ਦਾ ਕੀ ਕਸੂਰ, ਅਤੇ ਉਹਨਾਂ ਨੇ ਰਾਜੇ ਦਾ ਕਸੂਰ ਦੱਸਿਆ ਜਿਨ੍ਹਾਂ ਦੇ ਕਾਰਨ ਉਹਨਾਂ ਦਾ ਜਿਹੜਾ ਪਹਿਲਾਂ ਰਾਜ ਭਾਗ ਦੀ ਵਿਵਸਥਾ ਖਰਾਬ ਸੀ ਉਹ ਬਾਅਦ ਦੇ ਵਿੱਚ ਸਹੀ ਰੂਪ ਨਾਲ ਚੱਲਣ ਲੱਗ ਪਈ। ਪਹਿਲਾਂ ਆਪਾਂ ਕੀਤਾ ਸਾਰ ਅਤੇ ਫਿਰ ਇਹਦੇ ਹੋ ਗਏ ਆਪਣੇ ਪ੍ਰਸ਼ਨ। ਅੱਜ ਦਾ ਇਹ ਆਪਣੀ ਨੀਤੀ ਕਹਾਣੀ ਦਾ ਜਿਹੜਾ ਰਾਜੇ ਦਾ ਕਸੂਰ, ਜਿਹੜੀ ਕਹਾਣੀ ਆਪਣੀ ਇੱਥੇ ਪੂਰੀ ਹੁੰਦੀ ਹੈ। ਅਗਲੀ ਵੀਡੀਓ ਦੇ ਵਿੱਚ ਆਪਾਂ ਨਵੀਂ ਕਹਾਣੀ ਕਰਾਂਗੇ, ਉਨੇ ਚਿਰ ਵਿੱਚ ਤੁਸੀਂ ਇਹਨੂੰ ਪੂਰਾ ਕਰਨਾ। ਧੰਨਵਾਦ।